ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਆ ਤੁਹਾਡਾ? ਸਾਰਿਆਂ ਦਾ ਉਮੀਦ ਕਰਦੇ ਕਿ ਤੁਹਾਡਾ ਸਾਰਿਆਂ ਦਾ ਹਾਲ ਚਾਲ ਬਹੁਤ ਵਧੀਆ ਹੋਊਗਾ ਜੀ। ਓਪਨ ਇਮੀਗ੍ਰੇਸ਼ਨ ਇਟਲੀ ਦੇ ਵਿੱਚ, ਇਮੀਗ੍ਰੇਸ਼ਨ ਇਟਲੀ ਦੇ ਵਿੱਚ ਜਿਹੜੇ ਕੱਚੇ ਬੰਦੇ ਆ ਇਹ ਪੱਕੇ ਕਦੋਂ ਹੋਊਗੇ? ਓਪਨ ਇਮੀਗ੍ਰੇਸ਼ਨ ਕਦੋਂ ਖੁੱਲੇਗੀ, ਖੁੱਲਣੀ ਆ? ਇਹ ਇੱਦਾਂ ਦੇ ਸਵਾਲ ਆ ਜਿਹੜੇ ਕਿ ਹਰ ਸਾਡੇ ਵੀਡੀਓ 'ਤੇ, ਜਿਸ ਟੋਪਿਕ ਉੱਤੇ ਮਰਜ਼ੀ ਵੀਡੀਓ ਹੋਵੇ ਉਹਨਾਂ ਦੇ ਵਿੱਚ ਇਹ ਸਵਾਲ ਜ਼ਰੂਰ ਪੁੱਛਿਆ ਜਾਂਦਾ। ਇਹਨਾਂ ਸਵਾਲਾਂ ਦਾ ਫਿਲਹਾਲ ਸਾਡੇ ਕੋਲ ਕਦੇ ਕੋਈ ਜਵਾਬ ਨਹੀਂ ਹੋਇਆ ਕਿ ਅਸੀਂ ਕੀ ਜਵਾਬ ਦੇਈਏ, ਕਿਉਂਕਿ ਅਸੀਂ ਸਿਰਫ ਉਹੀ ਜਵਾਬ ਦਿੰਦੇ ਹਾਂ ਜੋ ਕਿ ਅਸੀਂ ਖਬਰਾਂ ਵਿੱਚ, ਟੀਵੀਆਂ ਦੇ ਵਿੱਚ ਸੁਣਦੇ ਹਾਂ ਜਾਂ ਫਿਰ ਪੜ੍ਹਦੇ ਹਾਂ। ਹੁਣ ਓਪਨ ਇਮੀਗ੍ਰੇਸ਼ਨ ਹੀ ਜਿਹਨੂੰ ਅਸੀਂ ਕਹਿੰਦੇ ਹਾਂ, ਇਟਲੀ ਦੇ ਵਿੱਚ ਜਿਹੜੇ ਕੱਚੇ ਬੰਦੇ ਨੂੰ ਪੱਕੇ ਕਰਨ ਵਾਲੇ, ਇਹਦੇ ਬਾਰੇ ਇੱਕ ਨਵੀਂ ਨਿਊਜ਼ ਆਈ ਹੈ। ਇੱਕ ਤੁਸੀਂ ਇਹਨੂੰ ਗੁੱਡ ਨਿਊਜ਼ ਰੱਖ ਲਓ ਕਿ ਰਿਕਾਰਡ ਤੋਂ ਮਾਗੀ ਨੇ ਆਪਣੇ ਜਿਹੜੇ ਮਨਿਸਟਰਾਂ ਦੇ ਲਈ ਤੈਰਨ ਨੂੰ ਆ, ਉਹਨਾਂ ਨੂੰ, ਮੰਤਰੀ ਹੈ ਜਿਹੜੀ, ਉਹਨਾਂ ਨੂੰ ਪੁੱਛਿਆ ਇਟਲੀ ਦੇ ਵਿੱਚ ਇੰਨੇ ਕੱਚੇ ਬੰਦੇ ਰਹਿ ਰਹੇ ਆ ਅਤੇ ਤਕਰੀਬਨ 7 ਲੱਖ ਤੋਂ ਉੱਤੇ ਕੱਚਾ ਬੰਦਾ ਰਹਿ ਰਿਹਾ, ਅਤੇ ਉਸ ਤੋਂ ਬਾਅਦ ਦੇਖ ਰਹੇ ਤੋ ਸਿਕੁਰੈਸਾ ਜਿਹੜਾ ਆਪਣਾ ਸਲਵੀਨੀ ਦਾ ਬਣਾਇਆ ਸੀ ਉਹਦੇ ਨਾਲ 2020 ਐਂਡ ਖਤਮ ਹੁੰਦੇ ਹੁੰਦੇ 1 ਲੱਖ ਹੋਰ ਕੱਚਾ ਬੰਦਾ ਹੋ ਜਾਣਾ। ਤੁਸੀਂ ਇਹਨਾਂ ਬਾਰੇ ਕੀ ਸੋਚਦੇ ਹੋ? ਇਹ ਜਿਹੜੀਆਂ ਚੱਲਦੀਆਂ ਫਿਰਵੰਦੀਆਂ ਆਤਮਾਵਾਂ, ਫੰਤਾਜ਼ਮੀ ਹੀ ਕਿਹਾ ਗਿਆ ਉਹਨਾਂ ਨੂੰ, ਕਿਉਂਕਿ ਜਿਨ੍ਹਾਂ ਬਾਰੇ ਕੁਛ ਪਤਾ ਨਹੀਂ ਵੀ ਇਹ ਜਿਹੜੇ ਚੱਲਦੇ ਫੁਰਦੇ ਭੂਤ ਆ ਇਹਨਾਂ ਦਾ ਤੁਸੀਂ ਕੀ ਕਰੋਗੇ, ਕਿਉਂਕਿ ਇਹ ਕਿਸੇ ਰਿਕਾਰਡ 'ਚ ਨਹੀਂ ਹੈਗੇ, ਕਿਸੇ ਪਾਸੇ ਨਹੀਂ ਹੈਗੇ, ਰਜਿਸਟਰ ਨਹੀਂ ਹੈਗੇ, ਕੁਛ ਹੋ ਜਾਂਦਾ ਕੁਛ ਨਹੀਂ ਹੋ ਜਾਂਦਾ, ਤੁਸੀਂ ਇਹਦੇ ਬਾਰੇ ਕੀ ਕਰੋਗੇ? ਅਤੇ ਆਪਣੀ ਜਿਹੜੀ ਮਿਨਿਸਟਰਾਂ ਦੇ ਲਈ ਤੈਰਨ ਉਹਨੇ ਕਿਹਾ ਕਿ ਇੱਕ ਸਵਾਲ ਆ, ਬਹੁਤ ਵਧੀਆ ਸਵਾਲ ਹੈ, ਇਹਦੇ ਬਾਰੇ ਕੁਛ ਨਾ ਕੁਛ ਜ਼ਰੂਰ ਸੋਚਾਂਗੇ, ਕੁਛ ਨਾ ਕੁਛ ਜ਼ਰੂਰ ਕੀਤਾ ਜਾਵੇਗਾ। ਉਹਨਾਂ ਲਈ ਤਾਂ ਜ਼ਰੂਰ ਕੀਤਾ ਜਾਊਗਾ ਜਿਨ੍ਹਾਂ ਦੇ ਕੋਲ ਫਿਲਹਾਲ ਪੇਪਰ ਤਾਂ ਨਹੀਂ ਹੈਗੇ, ਪਰ ਅਗਰ ਪੇਪਰ ਹੁੰਦੇ ਤਾਂ ਉਹਨਾਂ ਨੂੰ ਕੰਮ ਮਿਲ ਜਾਣਾ ਸੀ। ਕਹਿਣ ਦਾ ਭਾਵ ਕੀ ਆ, ਉਹ ਸਾਰੇ ਬੰਦੇ ਜਿਹੜੇ ਕੱਚੇ ਆ ਅਤੇ ਜਿਨ੍ਹਾਂ ਦੇ ਕੋਲ ਕੋਈ ਮਾਲਕ ਹੈ ਕਿ ਉਹਨਾਂ ਨੂੰ ਕੰਟਰੈਕਟ ਕਰ ਲਊਗਾ, ਉਹਨਾਂ ਬੰਦਿਆਂ ਨੂੰ ਸੁਜੋਨ ਨੂੰ ਮਿਲ ਸਕਦੀ ਆ। ਪ੍ਰਪੋਜ਼ਤਾ ਦੀ ਲਵੋਰੋ, ਪ੍ਰਪੋਜ਼ਤਾ ਦੀ ਲਵੋਰੋ ਕਹਿਣ ਦਾ ਮਤਲਬ ਕੋਈ ਮਾਲਕ ਲਿਖ ਕੇ ਦੇਵੇ ਕਿ ਹਾਂਜੀ ਇਸ ਬੰਦੇ ਨੂੰ ਮੈਂ ਕੰਮ ਦਊਂਗਾ, ਉਹਨਾਂ ਬੰਦਿਆਂ ਨੂੰ ਜਿਹੜੀ ਆ ਸੁਜੋਨ ਨੂੰ ਮਿਲਣ ਦੇ ਅਸੀਂ ਕੋਈ ਨਾ ਕੋਈ ਉਪਾਅ, ਕੋਈ ਨਾ ਕੋਈ ਤਰੀਕਾ ਜ਼ਰੂਰ ਕਰਾਂਗੇ, ਕਿਉਂਕਿ ਸਾਨੂੰ ਕੁਛ ਸੋਚਣਾ ਪੈਣਾ ਕਿ ਜਿਹਦੇ ਨਾਲ ਜਿਹੜੇ ਜਿੰਨੇ ਕੱਚੇ ਬੰਦੇ ਆ ਸਾਰੇ ਪੱਕੇ ਹੋ ਜਾਣ। ਅਤੇ ਜਿਹੜੀ ਪਾਰਟੀ ਉਹ ਇਹੀ ਕਹਿ ਰਹੀ ਕਿ ਅਗਰ ਇੱਦਾਂ ਹੋ ਜਾਂਦਾ ਤਾਂ ਇਟਲੀ ਦੇ ਵਿੱਚ ਬਹੁਤ ਵੱਡੇ ਪੈਮਾਨੇ ਦੇ, ਬਹੁਤ ਵੱਡੇ ਲੈਵਲ ਉੱਤੇ ਜਿਹੜੇ ਕੱਚੇ ਬੰਦੇ ਆ ਪੱਕੇ ਹੋਣੇ ਆ, ਕਿਉਂਕਿ ਕਿਸੇ ਵੀ ਕੰਟਰੀ 'ਚ ਫਿਲਹਾਲ ਇੰਨੇ ਛੇਤੀ ਕੋਈ ਕੱਚੇ ਬੰਦੇ ਇੰਨੇ ਜ਼ਿਆਦਾ ਨਹੀਂ ਹੋਏ। ਅਤੇ ਬਾਕੀ ਗੱਲ ਇਹ ਹੈ ਜੀ, ਕਹਿੰਦੇ ਅਗਰ ਕੋਈ ਇੱਦਾਂ ਬੰਦਾ ਲੈ ਆਊਗਾ, ਫਿਲਹਾਲ ਇਹ ਸਿਰਫ ਗੱਲ ਚੱਲ ਰਹੀ ਆ, ਕੋਈ ਵੀ ਰੌਲਾ ਨਾ ਪਾਇਓ, ਕਿਤੇ ਏਜੰਟਾਂ ਦੇ ਚੱਕਰਾਂ 'ਚ ਨਾ ਪਿਓ, ਫਿਲਹਾਲ ਸਿਰਫ ਇਹ ਗੱਲ ਚੱਲੀ ਆ ਜੀ। ਇਟਲੀ ਦੀ ਜਿਹੜੀ ਮਿਨਿਸਟਰ ਆ, ਜਿਹਦਾ ਡਿਪਾਰਟਮੈਂਟ ਆ ਇਹ ਪੇਪਰਾਂ ਦਾ, ਉਹਦੀ ਜਿਹੜੀ ਮਿਨਿਸਟਰ, ਉਹਨੇ ਕਿਹਾ ਕਿ ਹਾਂਜੀ ਇਹਦੇ ਬਾਰੇ ਅਸੀਂ ਜ਼ਰੂਰ ਸੋਚਣਾ। ਐਰੋ ਸਰਨੀਅਰੋ, ਜਿਹੜਾ ਦਸੰਬਰ ਦੇ ਵਿੱਚ ਅਸੀਂ ਤੁਹਾਨੂੰ ਕਿਹਾ ਸੀ ਕਿ ਉਹਨਾਂ ਨੇ ਵੋਟਾਂ ਨਹੀਂ ਪਾਈਆਂ, ਵੋਟਾਂ ਨਾ ਪਾਉਣ ਕਰਕੇ ਫੇਲ ਹੋ ਗਿਆ ਸੀ, ਉਹ ਫਿਲਹਾਲ ਇਸ ਟਾਈਮ ਵੀ ਹਜੇ ਫਿਲਮ ਖਤਮ ਨਹੀਂ ਹੋਈ, ਉਹ ਹਜੇ ਵੀ ਉਹਦੇ ਉੱਤੇ ਚਰਚਾ ਚੱਲ ਰਹੀ ਆ ਜੀ। ਅਤੇ ਫਿਲਹਾਲ ਉਹ ਇਹੀ ਕਹਿ ਰਹੀ ਆ, ਕਹਿੰਦੀ ਵੀ ਸਾਡੇ ਜਿਹੜੇ ਮਿਨਿਸਟਰ ਆ ਵੋਟਾਂ ਪਾ ਕੇ ਦੁਬਾਰਾ ਉਹਨੂੰ ਦੇਖਿਆ ਜਾਵੇ, ਵੋਟਾਂ ਪਾ ਕੇ ਉਸ ਕਾਨੂੰਨ ਨੂੰ ਮੂਹਰੇ ਲਿਆ ਜਾਵੇ। ਕਹਿਣ ਦਾ ਮਤਲਬ ਇਹ ਹੈ ਜੀ, ਜਿੱਥੇ ਤੱਕ ਨਿਊਜ਼ਾਂ ਦੇ ਵਿੱਚ ਸੁਣਨ 'ਚੋਂ ਆਇਆ ਉਹਦੇ ਸਾਹਮਣੇ ਇਹੀ ਲੱਗਦਾ ਆ ਕਿ ਜੂਨ ਤੱਕ ਸਾਨੂੰ ਪਤਾ ਲੱਗ ਜਾਣਾ ਇਹ ਜਿਹੜੀ ਖਬਰ ਆ ਪੂਰੀ। ਇਹ ਸਾਨੂੰ ਸ਼ੋਲੇ ਬੇਨਤੀ ਕੁਆਤਰੋ ਅਖਬਾਰਾਂ ਦੀ ਆ, ਉਹਦੇ ਵਿੱਚ ਤੁਸੀਂ 15 ਜਨਵਰੀ ਦੀ ਜਿਹੜੀ ਅਖਬਾਰ ਆ ਜਾਂ ਫਿਰ ਇੰਟਰਨੈਟ 'ਤੇ ਜਾ ਕੇ 15 ਜਨਵਰੀ ਦੀ ਜਿਹੜੀ ਇਲ ਸ਼ੋਲੇ ਬੇਨਤੀ ਕੁਆਤਰੋ ਦਾ ਆਰਟੀਕਲ ਉਹ ਸਾਰੇ ਜਾਣੇ ਪੜ੍ਹ ਸਕਦੇ ਜਿਹੜਾ ਇਹ ਉਹਨਾਂ ਨੇ ਲਿਖਿਆ। ਸਪੈਸ਼ਲੀ ਉਹਨਾਂ ਦਾ ਇੰਟਰਵਿਊ ਤਾਂ ਇੰਟਰਵਿਊ ਵੀ ਲਿਆ ਗਿਆ ਜਿਸ ਬੰਦੇ ਨੇ ਮਨਿਸਟਰਾਂ ਨੂੰ ਇਹ ਸਾਰੇ ਸਵਾਲ ਕੀਤੇ ਸੀ। ਕਿਸੇ ਦੇ ਸੁੱਖਿਓ ਫੁੱਲੀਆਂ ਪਤਾਸੇ ਜਾਂ ਫਿਰ ਕਿਸੇ ਦੇ ਸੁੱਖਿਓ ਮਿੱਠੇ ਚੌਲ, ਮੇਰੇ ਹਿਸਾਬ ਨਾਲ ਹੁਣ ਕੰਮ ਆ ਰਹੇ ਆ ਜੀ, ਕਿਉਂਕਿ ਜਿਹੜੀ ਮਨਿਸਟਰ ਆ ਜਿਹੜੀ ਇੱਥੇ ਮੰਤਰੀ ਆ ਜਿਸ ਜਿਹੜੀ ਇਸ ਮਹਿਕਮੇ ਦੀ ਉਹ ਹੁਣ ਮੰਨ ਗਈ ਇਸ ਗੱਲ ਉੱਤੇ ਉਹ ਕਰ ਲਈ। ਪਹਿਲਾਂ ਉਹਨਾਂ ਦਾ ਸੀਗਾ ਜੀ ਬਜਟ 2020 ਦਾ ਬਣਾਉਣ, ਉਹ ਕਹਿੰਦੇ ਹੁਣ ਅਸੀਂ ਬਜਟ 2020 ਤੋਂ ਫਰੀ ਹੋ ਗਏ ਹਾਂ, ਇਸ ਕਰਕੇ ਹੁਣ ਅਸੀਂ ਹੋਰ ਜਿਹੜੇ ਕਰਨ ਵਾਲੇ ਕੰਮ ਉਹਨਾਂ ਉੱਤੇ ਚਰਚਾ ਕਰਦੇ ਹਾਂ। ਸਪੈਸ਼ਲੀ ਚਰਚਾ ਹੋਣੀ ਹੈ ਜੀ ਦਿਖ ਰਹੇ ਤੋਂ ਸ਼ਿਕੁਰੇਸਾ ਦੇ ਵਿੱਚ ਜਿਹੜੇ ਰਿਫਿਊਜ਼ੀ ਵਾਲੇ ਬੰਦੇ ਸੀ, ਅਜ਼ਾਲੀਅਮ ਵਾਲੇ ਬੰਦੇ ਸੀ, ਉਹਨਾਂ ਦੇ ਨਾਲ ਜਿਹੜਾ ਧੱਕਾ ਹੋਇਆ ਉਹਨਾਂ ਨੂੰ ਵੀ ਠੀਕ ਕਰਨਾ, ਇਹ ਸਾਰੀਆਂ ਚੀਜ਼ਾਂ ਜੂਨ ਤੱਕ ਤਕਰੀਬਨ ਜੂਨ 2020 ਦੇ ਵਿੱਚ ਵਿੱਚ ਸਾਨੂੰ ਸਭ ਕੁਛ ਪਤਾ ਲੱਗ ਜਾਣਾ। ਉਮੀਦ ਵੀ ਇਹੀ ਹੈ ਜੀ ਕਿ ਜੂਨ 2020 ਜੂਨ ਦੇ ਵਿੱਚ ਪੇਪਰ ਜਿਹੜੇ ਇੱਥੇ ਕੱਚੇ ਬੰਦੇ ਵਾਲੇ ਪੱਕੇ ਹੋ ਜਾਣੇ ਆ। ਬਾਕੀ ਇਹ ਸਿਰਫ ਖਬਰਾਂ ਨੇ ਜੀ, ਅਗਰ ਤੁਹਾਨੂੰ ਕੋਈ ਏਜੰਟ ਕਹਿੰਦਾ ਜੀ ਇਟਲੀ 'ਚ ਪੱਕੇ ਪੇਪਰ ਖੁੱਲ੍ਹ ਗਏ ਨੇ ਫਲਾਨਾ ਧਿਮਕੜਾ, ਉਹ ਸਭ ਝੂਠਾ ਅਫਵਾਹ ਹੈ ਜੀ। ਇਸ ਟਾਈਮ ਸਿਰਫ ਗੱਲ ਚੱਲੀ ਹੈ, ਜਿਹੜਾ ਮਹਿਕਮੇ ਦੀ ਮੰਤਰੀ ਆ ਉਹਨੇ ਕਿ ਇਹਦੇ ਇੱਦਾਂ ਜ਼ਰੂਰ ਕਹਿਤਾ ਕਿ ਇਹਦੇ ਬਾਰੇ ਸੋਚਾਂਗੇ, ਜਦਕਿ ਅੱਜ ਤੱਕ ਪਹਿਲਾਂ ਕਦੇ ਵੀ ਕਿਸੇ ਮੰਤਰੀ ਨੇ ਜਿਹੜਾ ਮਹਿਕਮੇ ਦਾ ਮੰਤਰੀ ਹੋਏ ਉਹਨੇ ਇੱਦਾਂ ਦੀ ਗੱਲ ਨਹੀਂ ਕੀਤੀ। ਅਤੇ ਚਲੋ ਚੰਗਾ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਇਹ ਸੀ ਸਾਡੀ ਅੱਜ ਦੀ ਗੁੱਡ ਨਿਊਜ਼, ਇੱਕ ਖੁਸ਼ਖਬਰੀ, ਇੱਕ
ਉਮੀਦ ਦੀ ਕਿਰਨ ਵੀ ਤੁਸੀਂ ਇਹਨੂੰ ਕਹਿ ਰਹੇ ਸੀ ਅਤੇ ਤੁਸੀਂ ਕਹਿ ਸਕਦੇ ਹੋ ਜੀ। ਤੁਸੀਂ ਸੁਣ ਰਹੇ ਸੀ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ, ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਪੰਜਾਬੀ। ਅਤੇ ਚਲੋ ਚੰਗਾ ਜੀ, ਮਿਲਾਂਗੇ ਆਪਾਂ ਆਪਣੀ ਅਗਲੀ ਵੀਡੀਓ ਦੇ ਵਿੱਚ। ਲਾਸਟ ਇੱਕ ਗੱਲ ਤੁਹਾਨੂੰ ਜ਼ਰੂਰ ਕਹਿਣੀ ਚਾਹਾਂਗੇ, ਅਗਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲਿਓ, ਤਾਂ ਜੋ ਤੁਹਾਡੇ ਤੱਕ ਪਹੁੰਚ ਸਕਣ ਹਰ ਰੋਜ਼ ਖਬਰਾਂ ਸੱਚੀਆਂ ਅਤੇ ਸੁੱਚੀਆਂ। ਚਲੋ ਚੰਗਾ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।